ਚੰਡੀਗੜ੍ਹ ਦੇ ਸੈਕਟਰ 5-8 ਡਿਵਾਈਡਿੰਗ ਰੋਡ ਤੇ ਇੱਕ ਦਰਦਨਾਕ ਹਾਦਸਾ ਹੋਇਆ ਜਿਹਦੇ ਵਿੱਚ ਆਟੋ ਤੇ ਸਕਾਰਪੀਓ ਦੀ ਆਹਮਣੇ ਸਾਹਮਣੇ ਦੀ ਟੱਕਰ ਹੋਈ ਹੈ। ਇਹਦੇ ਵਿੱਚ ਇੱਕ ਸਟੂਡੈਂਟ ਅੰਜਲੀ 21 ਸਾਲਾਂ ਦੀ ਮੌਕੇ ਤੇ ਹੀ ਮੌਤ ਦੱਸੀ ਜਾ ਰਹੀ ਹੈ, ਜਦਕਿ ਉਹਦੀ ਜਿਹੜੀ ਸਾਥੀ ਹੈ ਸਟੂਡੈਂਟ, ਕਿਉਂਕਿ ਉਸ ਵੇਲੇ ਆਟੋ ਦੇ ਵਿੱਚ 6 ਲੋਕ ਸਵਾਰ ਸੀ, 4 ਦੀ ਹਾਲਤ ਕਾਫੀ ਸੀਰੀਅਸ ਦੱਸੀ ਜਾ ਰਹੀ ਹੈ, ਜਿਨ੍ਹਾਂ ਨੂੰ ਪਹਿਲਾਂ 16 ਹਸਪੀਟਲ ਭਰਤੀ ਕਰਾਇਆ ਗਿਆ ਸੀਗਾ, ਉਸ ਤੋਂ ਬਾਅਦ ਉਹਨਾਂ ਨੂੰ PGI ਰੈਫਰ ਕਰ ਦਿੱਤਾ ਗਿਆ। ਹਾਲਾਂਕਿ ਸਕਾਰਪੀਓ ਚਾਲਕ ਨੂੰ ਕਾਬੂ ਕਰ ਲਿਆ ਗਿਆ, ਪੁਲਿਸ ਮੌਕੇ ਤੇ ਪਹੁੰਚ ਕੇ ਸਾਰਿਆਂ ਨੂੰ ਪਹਿਲਾਂ ਹਸਪੀਟਲ ਪਹੁੰਚਾਇਆ ਗਿਆ ਔਰ ਹੁਣ ਉਸ ਪੁਲਿਸ ਇਨਵੈਸਟੀਗੇਸ਼ਨ ਕਰ ਰਹੀ ਹੈ, ਮਾਮਲਾ ਦਰਜ ਕੀਤਾ ਜਾ ਰਿਹਾ। ਲੇਕਿਨ ਕਾਫੀ ਕ੍ਰਿਟੀਕਲ ਕੰਡੀਸ਼ਨ ਦੱਸੀ ਜਾ ਰਹੀ ਹੈ ਜਿਹੜੀ ਦੂਜੇ ਸਟੂਡੈਂਟਸ ਨੇ। ਦੱਸਿਆ ਜਾ ਰਿਹਾ ਕਿ ਅੱਜ ਜਿਹੜੀ ਕਾਲਜ ਦੀ ਸਟੂਡੈਂਟ ਹੈ 26 ਖਾਲਸਾ ਦੀ, ਉਹਨਾਂ ਦਾ ਅੱਜ ਇਗਜ਼ਾਮ ਸੀ ਔਰ ਇਗਜ਼ਾਮ ਦੇਣ ਵਾਸਤੇ ਉਹ ਘਰ ਤੋਂ ਨਿਕਲੀ ਸੀ ਨਯਾ ਗਾਓਂ, ਉੱਥੇ ਦੇ ਜਿਹੜੀ ਦੱਸੀ ਜਾ ਰਹੀ ਹੈ ਰੈਂਟ ਤੇ ਰਹਿੰਦੇ ਨੇ, PG ਰਹਿੰਦੀ ਹੈ ਕੁੜੀਆਂ, ਉਹ ਨਿਕਲੀ ਸੀ ਔਰ 5-8 ਡਿਵਾਈਡਿੰਗ ਰੋਡ ਤੇ ਇਹ ਵੱਡਾ ਹਾਦਸਾ ਹੋਇਆ। ਹਾਲਾਂਕਿ ਹੁਣ ਪੁਲਿਸ ਨੇ ਮਾਮਲਾ ਦਰਜ ਕਰਕੇ ਇਹ ਪੂਰੀ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਔਰ ਕਾਫੀ ਤੇਜ਼ ਰਫ਼ਤਾਰ ਦੱਸੀ ਜਾ ਰਹੀ ਹੈ ਸਕਾਰਪੀਓ ਦੀ। ਵਾਈਟ ਕਲਰ ਦੀ ਸਕਾਰਪੀਓ ਸੀ ਜਿਹਦੀ ਆਟੋ ਦੇ ਨਾਲ ਬਿਲਕੁਲ ਆਹਮਣੇ ਸਾਹਮਣੇ ਟੱਕਰ ਹੋਈ ਹੈ। ਦੱਸਿਆ ਜਾ ਰਿਹਾ ਕਿ ਆਟੋ ਚਾਲਕ ਵੀ ਕਾਫੀ ਕ੍ਰਿਟੀਕਲ ਕੰਡੀਸ਼ਨ ਦੇ ਵਿੱਚ ਹੈ, ਜਿਹਦੇ PGI ਹਸਪੀਟਲ ਐਡਮਿਟ ਕਰਾਇਆ ਗਿਆ। ਚੰਡੀਗੜ੍ਹ ਤੋਂ ਕੈਮਰਾਮੈਨ ਅਜੇ ਕੁਮਾਰ ਨਾਲ ਮਨੋਜ ਰਾਠੀ, ਨਿਊਜ਼ 18 ਪੰਜਾਬ। ਚੰਡੀਗੜ੍ਹ ਦੇ ਸੈਕਟਰ 5-8 ਡਿਵਾਈਡਿੰਗ ਰੋਡ ਤੇ ਇੱਕ ਦਰਦਨਾਕ ਹਾਦਸਾ ਹੋਇਆ ਜਿਹਦੇ ਵਿੱਚ ਆਟੋ ਤੇ ਸਕਾਰਪੀਓ ਦੀ ਆਹਮਣੇ ਸਾਹਮਣੇ ਦੀ ਟੱਕਰ ਹੋਈ ਹੈ। ਇਹਦੇ ਵਿੱਚ ਇੱਕ ਸਟੂਡੈਂਟ ਅੰਜਲੀ 21 ਸਾਲਾਂ ਦੀ ਮੌਕੇ ਤੇ ਹੀ ਮੌਤ ਦੱਸੀ ਜਾ ਰਹੀ ਹੈ, ਜਦਕਿ ਉਹਦੀ ਜਿਹੜੀ ਸਾਥੀ ਹੈ ਸਟੂਡੈਂਟ, ਕਿਉਂਕਿ ਉਸ ਵੇਲੇ ਆਟੋ ਦੇ ਵਿੱਚ 6 ਲੋਕ ਸਵਾਰ ਸੀ, 4 ਦੀ ਹਾਲਤ ਕਾਫੀ ਸੀਰੀਅਸ ਦੱਸੀ ਜਾ ਰਹੀ ਹੈ, ਜਿਨ੍ਹਾਂ ਨੂੰ ਪਹਿਲਾਂ 16 ਹਸਪੀਟਲ ਭਰਤੀ ਕਰਾਇਆ ਗਿਆ ਸੀਗਾ, ਉਸ ਤੋਂ ਬਾਅਦ ਉਹਨਾਂ ਨੂੰ PGI ਰੈਫਰ ਕਰ ਦਿੱਤਾ ਗਿਆ। ਹਾਲਾਂਕਿ ਸਕਾਰਪੀਓ ਚਾਲਕ ਨੂੰ ਕਾਬੂ ਕਰ ਲਿਆ ਗਿਆ, ਪੁਲਿਸ ਮੌਕੇ ਤੇ ਪਹੁੰਚ ਕੇ ਸਾਰਿਆਂ ਨੂੰ ਪਹਿਲਾਂ ਹਸਪੀਟਲ ਪਹੁੰਚਾਇਆ ਗਿਆ ਔਰ ਹੁਣ ਉਸ ਪੁਲਿਸ ਇਨਵੈਸਟੀਗੇਸ਼ਨ ਕਰ ਰਹੀ ਹੈ, ਮਾਮਲਾ ਦਰਜ ਕੀਤਾ ਜਾ ਰਿਹਾ। ਲੇਕਿਨ ਕਾਫੀ ਕ੍ਰਿਟੀਕਲ ਕੰਡੀਸ਼ਨ ਦੱਸੀ ਜਾ ਰਹੀ ਹੈ ਜਿਹੜੀ ਦੂਜੇ ਸਟੂਡੈਂਟਸ ਨੇ। ਦੱਸਿਆ ਜਾ ਰਿਹਾ ਕਿ ਅੱਜ ਜਿਹੜੀ ਕਾਲਜ ਦੀ ਸਟੂਡੈਂਟ ਹੈ 26 ਖਾਲਸਾ ਦੀ, ਉਹਨਾਂ ਦਾ ਅੱਜ ਇਗਜ਼ਾਮ ਸੀ ਔਰ ਇਗਜ਼ਾਮ ਦੇਣ ਵਾਸਤੇ ਉਹ ਘਰ ਤੋਂ ਨਿਕਲੀ ਸੀ ਨਯਾ ਗਾਓਂ, ਉੱਥੇ ਦੇ ਜਿਹੜੀ ਦੱਸੀ ਜਾ ਰਹੀ ਹੈ ਰੈਂਟ ਤੇ ਰਹਿੰਦੇ ਨੇ, PG ਰਹਿੰਦੀ ਹੈ ਕੁੜੀਆਂ, ਉਹ ਨਿਕਲੀ ਸੀ ਔਰ 5-8 ਡਿਵਾਈਡਿੰਗ ਰੋਡ ਤੇ ਇਹ ਵੱਡਾ ਹਾਦਸਾ ਹੋਇਆ। ਹਾਲਾਂਕਿ ਹੁਣ ਪੁਲਿਸ ਨੇ ਮਾਮਲਾ ਦਰਜ ਕਰਕੇ ਇਹ ਪੂਰੀ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਔਰ ਕਾਫੀ ਤੇਜ਼ ਰਫ਼ਤਾਰ ਦੱਸੀ ਜਾ ਰਹੀ ਹੈ ਸਕਾਰਪੀਓ ਦੀ। ਵਾਈਟ ਕਲਰ ਦੀ ਸਕਾਰਪੀਓ ਸੀ ਜਿਹਦੀ ਆਟੋ ਦੇ ਨਾਲ ਬਿਲਕੁਲ ਆਹਮਣੇ ਸਾਹਮਣੇ ਟੱਕਰ ਹੋਈ ਹੈ। ਦੱਸਿਆ ਜਾ ਰਿਹਾ ਕਿ ਆਟੋ ਚਾਲਕ ਵੀ ਕਾਫੀ ਕ੍ਰਿਟੀਕਲ ਕੰਡੀਸ਼ਨ ਦੇ ਵਿੱਚ ਹੈ, ਜਿਹਦੇ PGI ਹਸਪੀਟਲ ਐਡਮਿਟ ਕਰਾਇਆ ਗਿਆ। ਚੰਡੀਗੜ੍ਹ ਤੋਂ ਕੈਮਰਾਮੈਨ ਅਜੇ ਕੁਮਾਰ ਨਾਲ ਮਨੋਜ ਰਾਠੀ, ਨਿਊਜ਼ 18 ਪੰਜਾਬ। ਚੰਡੀਗੜ੍ਹ ਦੇ ਸੈਕਟਰ 5-8 ਡਿਵਾਈਡਿੰਗ ਰੋਡ ਤੇ ਇੱਕ ਦਰਦਨਾਕ ਹਾਦਸਾ ਹੋਇਆ ਜਿਹਦੇ ਵਿੱਚ ਆਟੋ ਤੇ ਸਕਾਰਪੀਓ ਦੀ ਆਹਮਣੇ ਸਾਹਮਣੇ ਦੀ ਟੱਕਰ ਹੋਈ ਹੈ। ਇਹਦੇ ਵਿੱਚ ਇੱਕ ਸਟੂਡੈਂਟ ਅੰਜਲੀ 21 ਸਾਲਾਂ ਦੀ ਮੌਕੇ ਤੇ ਹੀ ਮੌਤ ਦੱਸੀ ਜਾ ਰਹੀ ਹੈ, ਜਦਕਿ ਉਹਦੀ ਜਿਹੜੀ ਸਾਥੀ ਹੈ ਸਟੂਡੈਂਟ, ਕਿਉਂਕਿ ਉਸ ਵੇਲੇ ਆਟੋ ਦੇ ਵਿੱਚ 6 ਲੋਕ ਸਵਾਰ ਸੀ, 4 ਦੀ ਹਾਲਤ ਕਾਫੀ ਸੀਰੀਅਸ ਦੱਸੀ ਜਾ ਰਹੀ ਹੈ, ਜਿਨ੍ਹਾਂ ਨੂੰ ਪਹਿਲਾਂ 16 ਹਸਪੀਟਲ ਭਰਤੀ ਕਰਾਇਆ ਗਿਆ ਸੀਗਾ, ਉਸ ਤੋਂ ਬਾਅਦ ਉਹਨਾਂ ਨੂੰ PGI ਰੈਫਰ ਕਰ ਦਿੱਤਾ ਗਿਆ। ਹਾਲਾਂਕਿ ਸਕਾਰਪੀਓ ਚਾਲਕ ਨੂੰ ਕਾਬੂ ਕਰ ਲਿਆ ਗਿਆ, ਪੁਲਿਸ ਮੌਕੇ ਤੇ ਪਹੁੰਚ ਕੇ ਸਾਰਿਆਂ ਨੂੰ ਪਹਿਲਾਂ ਹਸਪੀਟਲ ਪਹੁੰਚਾਇਆ ਗਿਆ ਔਰ ਹੁਣ ਉਸ ਪੁਲਿਸ ਇਨਵੈਸਟੀਗੇਸ਼ਨ ਕਰ ਰਹੀ ਹੈ, ਮਾਮਲਾ ਦਰਜ ਕੀਤਾ ਜਾ ਰਿਹਾ। ਲੇਕਿਨ ਕਾਫੀ ਕ੍ਰਿਟੀਕਲ ਕੰਡੀਸ਼ਨ ਦੱਸੀ ਜਾ ਰਹੀ ਹੈ ਜਿਹੜੀ ਦੂਜੇ ਸਟੂਡੈਂਟਸ ਨੇ। ਦੱਸਿਆ ਜਾ ਰਿਹਾ ਕਿ ਅੱਜ ਜਿਹੜੀ ਕਾਲਜ ਦੀ ਸਟੂਡੈਂਟ ਹੈ 26 ਖਾਲਸਾ ਦੀ, ਉਹਨਾਂ ਦਾ ਅੱਜ ਇਗਜ਼ਾਮ ਸੀ ਔਰ ਇਗਜ਼ਾਮ ਦੇਣ ਵਾਸਤੇ ਉਹ ਘਰ ਤੋਂ ਨਿਕਲੀ ਸੀ ਨਯਾ ਗਾਓਂ, ਉੱਥੇ ਦੇ ਜਿਹੜੀ ਦੱਸੀ ਜਾ ਰਹੀ ਹੈ ਰੈਂਟ ਤੇ ਰਹਿੰਦੇ ਨੇ, PG ਰਹਿੰਦੀ ਹੈ ਕੁੜੀਆਂ, ਉਹ ਨਿਕਲੀ ਸੀ ਔਰ 5-8 ਡਿਵਾਈਡਿੰਗ ਰੋਡ ਤੇ ਇਹ ਵੱਡਾ ਹਾਦਸਾ ਹੋਇਆ। ਹਾਲਾਂਕਿ ਹੁਣ ਪੁਲਿਸ ਨੇ ਮਾਮਲਾ ਦਰਜ ਕਰਕੇ ਇਹ ਪੂਰੀ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਔਰ ਕਾਫੀ ਤੇਜ਼ ਰਫ਼ਤਾਰ ਦੱਸੀ ਜਾ ਰਹੀ ਹੈ ਸਕਾਰਪੀਓ ਦੀ। ਵਾਈਟ ਕਲਰ ਦੀ ਸਕਾਰਪੀਓ ਸੀ ਜਿਹਦੀ ਆਟੋ ਦੇ ਨਾਲ ਬਿਲਕੁਲ ਆਹਮਣੇ ਸਾਹਮਣੇ ਟੱਕਰ ਹੋਈ ਹੈ। ਦੱਸਿਆ ਜਾ ਰਿਹਾ ਕਿ ਆਟੋ ਚਾਲਕ ਵੀ ਕਾਫੀ ਕ੍ਰਿਟੀਕਲ ਕੰਡੀਸ਼ਨ ਦੇ ਵਿੱਚ ਹੈ, ਜਿਹਦੇ PGI ਹਸਪੀਟਲ ਐਡਮਿਟ ਕਰਾਇਆ ਗਿਆ।
ਚੰਡੀਗੜ੍ਹ ਤੋਂ ਕੈਮਰਾਮੈਨ ਅਜੇ ਕੁਮਾਰ ਨਾਲ ਮਨੋਜ ਰਾਠੀ, ਨਿਊਜ਼ 18 ਪੰਜਾਬ।